ਅਸਲਾਮ ਵਾਲੇਕਮ, ਤੁਹਾਡਾ ਵੀਰ ਸ਼ਫਕਤ ਬਾਰੀ, ਮੈਂ ਸਦਕੇ ਮੈਂ ਵਾਰੀ, ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਜੱਟ ਦਾ ਵਿਸਾਹ ਕਾਈ ਨਹੀਂ। ਆ ਜੱਟ ਲੱਗਿਆ ਸਾਡੇ ਨਾਲ ਨਾ ਇੱਥੇ ਸ਼ਹਿਰ, ਉੱਥੇ ਗੈਸ ਵਾਲਾ ਸਿਲੰਡਰ ਫਟਿਆ, ਦੁਕਾਨਦਾਰ ਦੀ ਮੌਤ ਹੋ ਗਈ। ਦੱਸਦੇ ਪਏ ਨੇ ਵੀ ਕਈ ਹੋਰ ਬੰਦੇ ਉਹ ਵੀ ਜ਼ਖਮੀ ਹੋ ਗਏ ਨੇ, ਅਤੇ ਉਹ ਆਉਂਦੇ ਨੇ ਵੀ ਗੈਸ 'ਚ ਕਈ ਸ਼ਹਿਰ ਵਾਲੀ ਹੋਈ ਆਏ, ਉਹ C2 ਕਿ CO2 ਪਤਾ ਨਹੀਂ। ਇਹ ਤੂਫਤਾਨ ਇਰਾਕ ਇਰਾਨ ਦੇ ਬਾਰਡਰਾਂ ਤੋਂ ਇਹ ਗੈਸ ਲੱਗ ਕੇ ਅਤੇ ਚੈੱਕ ਹੋ ਕੇ ਆਉਂਦੀ ਹੈ, ਅਤੇ ਨਾਲੇ ਖਾਲਸ ਮਿਲਾਵਟ, ਇਹ ਪਤਾ ਕਰਨਾ ਤਾਂ ਸਰਕਾਰ ਦਾ ਕੰਮ ਹੈ। ਅਤੇ ਜਿੱਥੇ ਕਈ ਘਣੇ ਲੋਕ ਲੱਗਦੇ ਟੱਪਦੇ ਹਨ, ਰਸ਼ ਦੁਕਾਨਾਂ ਬਾਜ਼ਾਰ, ਇਹ ਗੈਸ ਵਾਲੇ ਜਿਹੜੇ ਸਿਲੰਡਰ ਹੈ ਇਹ ਦੂਰ ਉਹਨਾਂ ਤੋਂ ਪਾਸੇ ਹੋਣੇ ਚਾਹੀਦੇ। ਅਤੇ ਹੁਣ ਉਹ ਪਾਬੰਦੀ ਲੱਗੀ ਪਈ ਹੈ, ਦੁਕਾਨਾਂ ਬੰਦ ਨੇ, ਦੁਕਾਨਦਾਰ ਹੱਥ 'ਤੇ ਹੱਥ ਦਰ 'ਤੇ ਬੈਠੇ ਹੋਏ ਨੇ। ਲੈ ਉਹ ਸਿਆਣੇ ਆਉਂਦੇ ਨੇ ਵੀ ਕਰੇ ਕੋਈ ਤਾਂ ਭਰੇ ਕੋਈ, ਬਈ ਜਿਹਦੇ ਕੋਲ ਕੋਈ ਥਾਪੀ ਲੱਕੜ ਹੈ ਉਹਦੀ ਤਾਂ ਅੱਗ ਬਲਦੀ ਪਈ ਹੈ, ਅਤੇ ਜਿਹੜਾ ਰੋਜ਼ ਉਹ ਸਿਰ 2 ਗੈਸ ਭਰਾ ਕੇ ਅਤੇ ਆਪਦਾ ਰੋਟੀ ਟੁੱਕਰ ਕਰਦਾ ਉਹ ਤੰਗ ਹੈ। ਉਹ ਸਾਡੇ ਇਲਾਕੇ ਦੇ ਵਿੱਚ ਨਾ ਇੱਕ ਗੱਲ ਬੜੀ ਮਸ਼ਹੂਰ ਹੈ, ਬਈ ਮੋਈ ਮੁਸਤਾਬਾਦ ਅਤੇ ਯਾ ਅਬਦੁੱਲੇ ਨੂੰ ਵੀ ਜਿਹੜਾ ਗੈਸ ਵਾਲਾ ਸਿਲੰਡਰ ਹੈ ਉਹ ਤਾਂ ਫਟਿਆ 100 ਮੀਲ ਦੂਰ, ਅਤੇ ਜਿਹੜੀਆਂ ਦੁਕਾਨਾਂ ਨੇ ਉਹ ਪਿੰਡਾਂ 'ਚ ਬੰਦ ਹੋਈਆਂ ਪਈਆਂ ਨੇ। ਇਹ ਤਾਂ ਉਹ ਗੱਲ ਹੋਈ ਨਾ ਵੀ ਜਿਵੇਂ ਕੋਈ ਬੰਦਾ ਸੀ ਤਾਂ ਉਹਦੇ ਕੋਲ ਬੰਦਿਆਂ ਪੁੱਛਿਆ ਵੀ ਲਾਹੌਰ ਵੇਖਿਆ ਹੋਇਆ ਜੀ, ਉਹ ਆਂਦਾ ਨਹੀਂ, ਉਹਨਾਂ ਆਖਿਆ ਤੂੰ ਤਾਂ ਮੁੜ ਜੰਮਿਆ ਹੀ ਨਹੀਂ ਹੈ। ਉਹ ਇੱਕ ਦੇ ਲਾਹੌਰ ਚਲਾ ਗਿਆ, ਉਹ ਜਦੋਂ ਲਾਹੌਰੋਂ ਬਾਹਰ ਨਿਕਲਿਆ ਨਾ ਅਗਾਂਹ ਸਾਵੀ ਮਾਂਗੇ ਦੀ ਪੁਲਿਸ ਬੈਠੀ ਹੋਈ, ਉਹਨਾਂ ਉਹਨੂੰ ਜੱਪ ਲਿਆ, ਉਹਨਾਂ ਲਿਆ ਅਤੇ ਮਾਂਗੇ ਉਹਨਾਂ ਉੱਥੇ ਚੰਗੀ ਉਹਨੂੰ ਤਾਵਣੀ ਲਾਈ, ਅਖੀਰ ਮੁੜ ਛੱਡ ਤਾਂ ਉਹਨਾਂ ਦੇਣਾ ਹੀ ਆ। ਉਹ ਕਦੋਂ ਪਿੰਡ ਆਇਆ ਅਤੇ ਪਿੰਡ ਦੇ ਬੰਦਿਆਂ ਪੁੱਛਿਆ ਵੀ ਲਾਹੌਰ ਵੇਖ ਆਇਆ, ਆਂਦਾ ਵੇਖ ਆਇਆ, ਉਹਨਾਂ ਆਖਿਆ ਵੀ ਹੁਣ ਤੂੰ ਜੰਮਿਆ, ਆਂਦਾ ਗੱਲ ਤੁਹਾਡੀ ਠੀਕ ਹੈ ਪਰ ਤੁਸਾਂ ਵੀ ਅੱਧੀ ਪਚੱਧੀ ਦੱਸੀ ਹੈ ਕਿ ਜਿਹੜਾ ਬੰਦਾ ਹੈ ਨਾ ਉਹ ਜੰਮਦਾ ਲਾਹੌਰ ਹੀ ਹੈ, ਅਤੇ ਜਿਹੜੀ ਜੰਡ ਹੈ ਉਹ ਲਿਆ ਅਤੇ ਅਖੇ ਮਾਂਗੇ ਲਾਂ ਦੇ।